नमस्कार दोस्तों, द फैक्ट टाइम में आपका स्वागत है। हमारे साथ जुड़ी हैं गगनदीप कौर जी, जिनसे बातचीत करेंगे डेरा सच्चा सौदा संस्था के बारे में। इनका अनुभव कैसा है, कैसा एक्सपीरियंस रहा है इनका आज तक, जानेंगे इनके साथ सीधी बातचीत करके। नमस्कार गगनदीप जी, द फैक्ट टाइम में आपका स्वागत है। गगनदीप जी, आप कितने समय से जानते हो संत जी को, डेरा सच्चा सौदा? 2009। कैसा अनुभव रहा है आज तक? मैम ठीक रहा है, वधिया है। ਮਾਲ ਕਿਵੇਂ ਦਾ ਲੱਗਦਾ? ਬਹੁਤ ਵਧੀਆ ਮੈਮ, ਸਾਰਾ ਕੁਝ ਅਲੱਗ ਅਲੱਗ। ਜਿਵੇਂ ਮੇਰੇ ਸਾਥ ਮੇਰਾ ਬੱਚਾ ਆਇਆ 10 ਸਾਲ ਦਾ, ਅਤੇ ਉਹਨਾਂ ਜਿਵੇਂ ਵਾਸ਼ਰੂਮ ਵਗੈਰਾ ਜਾਣਾ ਗਾ, ਜੋ ਉਹਦੇ ਨਾਂ ਲਈ ਅਲੱਗ ਪ੍ਰਬੰਧ ਕੀਤਾ ਗਿਆ, ਭੈਣਾਂ ਵਾਲੇ ਵਿੱਚ ਨਹੀਂ ਜਾਂਦਾ ਉਹ, ਅਤੇ ਉਹਨਾਂ ਵਾਸਤੇ ਬੱਚਿਆਂ ਵਾਸਤੇ ਵੀ ਅਲੱਗ ਸਪੈਸ਼ਲ ਆ, ਅਤੇ ਬਾਈਆਂ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇੱਧਰ ਆਉਂਦਾ। ਮੈਨੂੰ ਜਿਹੜਾ ਮੀਡੀਆ 'ਚ ਦਿਖਾਇਆ ਗਿਆ ਸੀਗਾ, ਉਹਦੇ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਮੈਮ ਲੋਕਾਂ ਦੀ ਆਪੋ ਆਪਣੀ ਸੋਚ ਆ ਵੀ ਕਿਵੇਂ ਕੋਈ ਕੀ ਕਹਿ ਰਿਹਾ, ਕੋਈ ਕਿਵੇਂ ਕਹਿ ਰਿਹਾ, ਜੇ ਪਰ ਜਿਹੜਾ ਜਿਹੜਾ ਕੋਈ ਆਉਂਦਾ ਇੱਥੇ, ਉਹਨਾਂ ਨੂੰ ਆਪਦੇ ਬਾਰੇ ਵੀ ਉਹਨਾਂ ਨੂੰ ਖੁਦ ਸੱਚਾਈ ਪਤਾ ਲੱਗ ਜਾਂਦੀ ਹੈ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕਿਉਂਕਿ ਉਹਨਾਂ ਨੇ TV ਤੋਂ ਦੇਖਿਆ, ਮੀਡੀਆ ਤੋਂ ਦੇਖਿਆ? ਮੈਮ TV ਤੋਂ ਜਾਂ ਮੀਡੀਆ ਤੋਂ ਦੇਖਣ ਨਾਲ ਨਹੀਂ ਕੁਛ ਹੁੰਦਾ, ਵੀ ਜਿਹੜਾ ਖੁਦ ਆ ਕੇ ਵੀ ਦੇਖੇ, ਜੇ ਉਹਨਾਂ ਨੂੰ ਲੱਗਦਾ ਫਿਰ ਉਹ ਬੋਲੇ, ਨਹੀਂ ਫਿਰ ਬੋਲਣ ਦਾ ਕੋਈ ਕੰਮ ਨਹੀਂ ਆ। ਸੰਤ ਜੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਕੀ ਮੰਨਣਾ? ਮੈਮ ਸੰਤ ਜੀ ਬਾਰੇ ਬਹੁਤ ਖਿਆਲ ਵੀ, ਜਾਨੀ ਕਿ ਮਤਲਬ ਵੀ ਜਿਹੜੇ ਉਹਨਾਂ ਨੇ ਇੰਨੇ ਕੰਮ ਸ਼ੁਰੂ ਕੀਤੇ ਵੀ ਸ਼ਾਇਦ ਕੋਈ ਨਹੀਂ ਕਰਦਾ, ਜਿਵੇਂ ਸਫਾਈ ਆ ਵੀ ਅੱਜ ਕੱਲ੍ਹ ਮੇਨ ਮੁੱਦਾ ਹੈ, ਵੀ ਕਈ ਵਾਰ ਸਫਾਈ 'ਤੇ ਵੀ ਹੁਣ ਹੋ ਜਾਂਦੇ, ਜਿਵੇਂ ਹੁਣ ਸੀਗਾ ਵੀ ਦਿੱਲੀ ਦੇ ਆਸ ਪਾਸ ਸੀਗਾ ਵੀ ਸਫਾਈ ਅਭਿਆਨ, ਪਰ ਉਹ ਰੱਦ ਹੋ ਗਿਆ ਹੁਣ ਵੀ ਇਸ ਟਾਈਮ 'ਤੇ। ਪਰ ਵੀ ਜਿਵੇਂ ਕਿ ਹੁਣ ਦਿੱਲੀ ਵਰਗੇ ਵੱਡੇ ਸ਼ਹਿਰ ਆ ਗਏ, ਅਤੇ ਉੱਥੇ ਵੀ ਮੇਨ ਸਫਾਈ ਇੰਨੀ ਜ਼ਿਆਦਾ ਖਰਾਬ ਹੁੰਦੀ, ਜਿਹਦੇ ਨਾਲ ਤਾਂ ਗੰਦਗੀ ਫੈਲਦੀ ਆ ਵੀ ਜੇ ਲੋਕ। ਹਾਂਜੀ ਮੈਡਮ, ਸੰਤ ਜੀ ਦਾ ਚਰਿੱਤਰ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦਾ ਚਰਿੱਤਰ ਹੈ ਉਹਨਾਂ ਦਾ? ਮੈਮ ਬਹੁਤ ਵਧੀਆ ਹੈ, ਵੀ ਹਰ ਇੱਕ ਨੂੰ ਵੀ ਗਾਈਡ ਕਰਦੇ ਆ, ਬੱਚਿਆਂ ਨੂੰ, ਕੁੜੀਆਂ ਨੂੰ, ਮੁੰਡਿਆਂ ਨੂੰ, ਹਰ ਇੱਕ ਨੂੰ ਗਾਈਡ ਕਰਦੇ ਹੈਗੇ ਵੀ ਤੁਸੀਂ ਯੂਥ ਵੀ ਆਹ ਚੀਜ਼ਾਂ ਕਰ ਸਕਦੇ ਹੈਗੇ ਆਪਾਂ। ਜਿਹੜੇ ਆਰੋਪ ਉਹਨਾਂ 'ਤੇ ਲਗਾਏ ਜਾ ਰਹੇ ਆ, ਆਰੋਪ ਮੈਮ ਵੈਸੇ ਗਲਤ ਆ ਸਾਰੇ ਆਰੋਪ, ਅਤੇ ਵੀ ਪਰ ਹੁਣ ਜਿਹੜੇ ਕਹਿਣ ਵਾਲੇ ਆਪਾਂ ਉਹਨਾਂ ਨੂੰ ਕੁਛ ਕਹਿ ਨਹੀਂ ਸਕਦੇ, ਵੀ ਉਹਨਾਂ ਨੇ ਆਪੋ ਆਪਣੇ ਵਿਚਾਰ ਆ, ਵੀ ਜੇ ਕਿਸੇ ਨੇ ਵੀ ਖੁਦ ਦੇਖਿਆ ਗਾ ਫਿਰ ਉਹ ਕਵੇ ਅੱਗੇ ਆ ਕੇ ਮੈਂ ਇਹ ਹੋਇਆ ਗਾ, ਅਤੇ ਨਹੀਂ ਤਾਂ ਫਿਰ ਆਰੋਪ ਲਾਉਣ ਦਾ ਤਾਂ ਕੋਈ ਕਾਰਨ ਹੀ ਹੈਗਾ। ਮੈਮ ਫਿਰ ਸੱਚ ਕੀ ਹੈ, ਮਤਲਬ ਸੰਤ ਜੀ ਦਾ ਸੱਚ ਕੀ ਹੈ, ਉਹਨਾਂ ਨੇ ਕਿਸ ਤਰ੍ਹਾਂ ਦੇ ਕਦਮ ਲੋਕਾਂ ਦੇ ਲਈ ਉਠਾਇਆ? ਕਿ ਵੈਸੇ ਵੀ ਇੱਦਾਂ ਦੀ ਹੁਣ ਇੱਦਾਂ ਦੀ ਸਥਿਤੀ ਬਣ ਚੁੱਕੀ ਹੈ, ਕਈ ਸਰਕਾਰਾਂ ਹਿਸਾਬ ਨਾਲ ਜੇ ਮਰਜ਼ੀ ਲਾ ਲਓ ਵੀ ਜਿਹਦੀ ਜ਼ਿਆਦਾ ਹੋ ਜਾਂਦੀ ਹੈਗੀ, ਪਾਪੂਲਰ ਹੋ ਜਾਂਦੇ ਵੀ, ਲੋਕ ਉਹਨਾਂ 'ਤੇ ਚੱਕ ਹੀ ਲੈਂਦੇ ਆ ਸਵਾਲ। ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਜਾਵੇ, ਪੰਜਾਬ 'ਚ ਮੁੱਦਾ ਚੱਲ ਰਿਹਾ ਧਰਮਾਂ ਨੂੰ ਲੈ ਕੇ, ਤੁਹਾਡੇ ਮੁਤਾਬਕ ਕੀ ਹੈ ਵੀ ਸੰਤ ਜੀ ਕਿਸ ਧਰਮ ਨੂੰ ਮੰਨਦੇ ਆ, ਕਿਸ ਧਰਮ ਦੀ ਸਿੱਖਿਆ ਦਿੰਦੇ ਆ? ਮੈਮ ਉਹ ਤਾਂ ਕਹਿੰਦੇ ਸਰਬ ਧਰਮ ਸੰਗਮ ਸਾਰੇ ਕੋਲ ਇਕੱਠਾ ਹੀ ਹੈਗਾ, ਵੀ ਮਤਲਬ ਹਰ ਇੱਕ ਧਰਮ ਨਹੀਂ ਮੰਨਦੇ ਹੈਗੇ। ਜਿਵੇਂ ਮੇਰੇ ਪੇਰੈਂਟਸ ਸਾਹਿਬ ਮਤਲਬ ਵੀ ਅਸੀਂ ਵੀ ਅੰਮ੍ਰਿਤਧਾਰੀ ਹੋਈ ਹੈ ਸਾਰੇ, ਵੀ ਅਸੀਂ ਉੱਧਰ ਹੀ ਜਾਂਦੇ ਹੈਗੇ, ਅਤੇ ਇੱਧਰ ਆ ਕੇ ਇੱਧਰ ਠੀਕ ਆ, ਦੋਵੇਂ ਤਰ੍ਹਾਂ ਦੇ ਵਧੀਆ ਹੈਗੇ। ਕਦੇ ਕਿਸੇ ਧਰਮ ਜਾਂ ਕਿਸੇ ਵਿਅਕਤੀ ਦੇ ਲਈ ਸੰਤ ਜੀ ਨੇ ਅਲੱਗ ਤਰੀਕੇ ਨਾਲ ਗੱਲ ਕੀਤੀ ਹੋਈ? ਨਹੀਂ ਮੈਮ, ਕਦੇ ਵੀ ਨਹੀਂ। ਨਹੀਂ ਕਦੇ ਵੀ ਨਹੀਂ ਸੁਣਿਆ। ਜ਼ਰੂਰਤ ਹੈ ਮੈਮ ਇਸ ਸਮੇਂ ਸੰਤ ਜੀ ਦੀ ਸਮਾਜ ਨੂੰ? ਹਾਂਜੀ ਬਹੁਤ ਜ਼ਰੂਰਤ ਹੈ, ਜਿਵੇਂ ਨਵੀਂ ਪੀੜ੍ਹੀ ਹੈਗੀ ਵੀ, ਬੱਚੇ ਹੈਗੇ ਵੀ, ਇਹਨਾਂ ਨੂੰ ਵਧੀਆ ਵੀ ਇੱਕ ਗਾਈਡਲਾਈਨ ਕਰਨਗੇ। ਕੀ ਮੰਗ ਕਰੋਗੇ ਸਰਕਾਰ ਤੋਂ? ਵੀ ਬਿਨਾਂ ਮਤਲਬ ਆਰੋਪਾਂ ਤੋਂ ਮਤਲਬ ਕਹਿਣਾ ਨਹੀਂ ਚਾਹੀਦਾ ਕੁਛ ਵੀ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਦੋਸਤੋ, ਜਨਤਾ ਦਾ ਮੰਨਣਾ ਹੈ ਕਿ ਸਾਰੇ ਧਰਮਾਂ ਦੇ ਲੋਕ ਡੇਰਾ ਸੱਚਾ ਸੌਦਾ ਸੰਸਥਾ ਦੇ ਵਿੱਚ ਆਉਂਦੇ ਆ। ਤੁਸੀਂ ਵੀ ਦੇਖਦੇ ਰਹੋ ਜਨਤਾ ਦੀ ਆਵਾਜ਼ ਦਾ ਫੈਕਟ। ਇਹਦੇ ਨਾਲ ਬਹੁਤ ਬਹੁਤ ਧੰਨਵਾਦ। ਸਬਸਕ੍ਰਾਈਬ ਟੂ ਆਰ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।